ਅ ਪਹਿਲੇ ਤੇ ਮੈਂ ਮੀਆਂ ਸਾਹਿਬ ਨੂੰ ਵਿਦਵਾਵਾਂ ਵਾਲੇ ਹੱਥਾਂ ਨਾਲ ਮੁਬਾਰਕ ਦੇਣਾ ਯਾਨੀ ਦਰ ਲੱਖ ਦੀ ਮੁਬਾਰਕ ਉਹ ਵੀ ਖਟਾ ਪਾ ਕੇ ਇਸ ਲਈ ਕਿ ਮੀਆਂ ਸਾਹਿਬ ਕੁਰਸੀ ਤੇ ਬਹਿ ਗਏ ਤੇ ਮੈਂ 15 ਫੁੱਟ ਤੋਂ ਡੇਕ ਕੇ 16 ਨੰਬਰ ਬੈਟ ਤੇ ਪੈ ਗਏ ਜੁੱਤੀ ਦਾ ਇੱਕ ਪੈਰ ਗਵਾ ਕੇ ਬਾਕੀ ਮੀਆਂ ਸਾਹਿਬ ਨੇ ਆਪਣੀ ਦੋਸਤੀ ਦਾ ਹੱਥ ਮੇਰੇ ਨਾਲ ਵਧਾ ਦਿੱਤਾ ਹੈ ਤੇ ਮੈਂ ਵੀ ਆਪਣੇ ਬੱਲੇ ਦੀ ਮੁੱਠ ਉਹਨਾਂ ਨਾਲ ਕਰ ਦਿੱਤੀ ਜਿਹੜੀ ਸੁਨਾਮੀ ਦੀ ਗੱਲ ਆ ਉਹਨੂੰ ਮੈਂ ਇੱਕ ਕੂਲਰ 'ਚ ਪਾ ਕੇ ਉਹਦੀ ਟੁੱਟੀ ਤੇ ਵੱਡੀ ਇੱਟ ਰੱਖ ਕੇ ਤੇ ਉਹਦੇ ਉੱਤੇ ਟੇਪ ਕਰ ਦਿੱਤੀ। ਜਦੋਂ ਮੈਂ 5 ਸਾਲਾਂ ਬਾਅਦ ਇਹ ਟੁੱਟੀ ਖੋਲਾਂਗਾ ਉਮੀਦ ਹੈ ਮੇਰੀ ਸੁਨਾਮੀ ਅੱਗੇ ਨਾਲੋਂ ਵੀ ਬਹੁਤੀ ਮਿੱਠੀ ਹੋਈ ਹੋਣੀ। ਤੁਸੀਂ ਸੋਚਦੇ ਹੋਵੋਗੇ ਕਿ ਮੈਂ ਆਪਣੇ ਮੀਆਂ ਸਾਹਿਬ ਦੇ ਬਾਰੇ ਚ ਬਿਆਨ ਹੀ ਬਦਲ ਲੈਨੇ ਜਦੋਂ ਇੱਕ ਬੰਦਾ ਏਡੀ ਉੱਤੋਂ ਡਿਗਿਆ ਹੋਵੇ। ਤੇ ਫੇਰ ਸਾਟ ਵੀ ਉਹਦੇ ਸਿਰ 'ਚ ਲੱਗੀ ਹੋਵੇ ਤੇ ਉਹ ਭਾਈ ਕੁਝ ਵੀ ਕਹਿ ਸਕਦਾ ਅੱਛਾ ਖਾਨ ਸਾਹਿਬ ਆਪਣੇ ਹਸਪਤਾਲ 'ਚ ਦਾਖਲ ਹੋ ਕੇ ਕੀ ਮਹਿਸੂਸ ਕਰ ਰਹੇ ਹੋ ਓਏ ਤੇ ਤੂੰ ਪੁੱਛ ਹੀ ਨਾ ਯਾਰ ਕਿਉਂ ਸਾਰੇ ਸੀਨੀਅਰ ਤੇ ਜੂਨੀਅਰ ਡਾਕਟਰ ਏਡਾ ਏਡਾ ਵੱਡਾ ਟੀਕਾ ਲੈ ਕੇ ਆਉਂਦੇ ਆ ਕਿ ਮੈਨੂੰ ਕਾਂਦ ਨਾ ਖਲੋਕ ਲਵਾਉਣਾ ਪੈਂਦਾ